ਸੰਘਰਸ਼ ਕੋਈ ਵੀ ਹੋਵੇ, ਸਰਕਾਰਾਂ ਦਾ ਰਵੱਈਆ ਰਹਿੰਦਾ ਹੈ ਸੰਘਰਸ਼ਾਂ ਨੂੰ ਦਬਾਉਣਾ। ਇੱਕ ਇਹੋ ਜਿਹਾ ਹੀ ਮਸਲਾ ਸਾਡੇ ਸਾਹਮਣੇ ਉਸ ਸਮੇਂ ਆ ਜਾਂਦਾ ਹੈ ਜਦੋਂ ਬੰਦੀ ਸਿੰਘਾਂ ਦੇ ਮਾਮਲੇ 'ਚ ਅਮਿਤ ਸ਼ਾਹ ਦਾ ਬਿਆਨ ਆ ਜਾਂਦਾ ਅਤੇ ਲੋਕਤੰਤਰ 'ਤੇ ਹੋ ਜਾਂਦਾ ਹੈ ਵੱਡਾ ਸਵਾਲ। ਇਸ ਸਵਾਲ ਦਾ ਉੱਤਰ ਲੱਭਣ ਲਈ ਸਾਡੇ ਨਾਲ ਨੇ ਬੁੱਢਾ ਦਲ ਜ਼ਿਲ੍ਹਾ ਮੋਹਾਲੀ ਦੇ ਜਥੇਦਾਰ ਬਾਬਾ ਲਖਵੀਰ ਸਿੰਘ ਜੀ। ਸਤਿ ਸ਼੍ਰੀ ਅਕਾਲ ਬਾਬਾ ਜੀ। ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਸਿੱਧਾ ਸਵਾਲ ਹੈ ਕਿ ਅਮਿਤ ਸ਼ਾਹ ਨੇ ਜਿਹੜਾ ਬਿਆਨ ਦਿੱਤਾ ਹੈ, ਕੀ ਲੱਗਦਾ ਤੁਹਾਨੂੰ? ਜੀ, ਬਹੁਤ ਗਲਤ ਦਿੱਤਾ ਜੀ। ਦੇਖੋ, ਹੋਰ ਜਿਹੜੇ ਬੰਦੇ ਨੇ ਜਿਵੇਂ ਉਸਾਦ ਹੈਗਾ, ਕੀ ਇਹਦਾ ਨਾਂ ਹੈ, ਅਮਿਤ ਸ਼ਾਹ, ਮਾਫ਼ੀ ਮੰਗੀ ਤੇ ਇਹ ਹੁਣ ਕਹਿੰਦੇ ਮਾਫ਼ੀ ਮੰਗਣ ਤਾਂ ਛੱਡਦੇ। ਬਹੁਤ ਬੜੀ ਗੱਲ ਹੈ, ਬੇਇਨਸਾਫ਼ੀ ਹੈ ਸਾਡੇ ਨਾਲ, ਸਿੱਖਾਂ ਨਾਲ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਪਰ ਜਿਹੜਾ ਇਹਨਾਂ ਦਾ ਕਹਿਣਾ ਹੈ ਕਿ ਗਿਲਟੀ ਮਹਿਸੂਸ ਕਰਨਾ, ਇਨਸਾਨ ਦੀ ਜ਼ਿੰਦਗੀ ਲੈਣਾ ਇੱਕ ਉਹ ਹੁੰਦਾ, ਜ਼ੁਰਮ ਮੰਨਿਆ ਜਾਂਦਾ, ਉਹ ਇਸ ਹਿਸਾਬ ਨਾਲ ਗੱਲ ਕਹਿ ਰਹੇ ਨੇ ਕਿ ਇਹ ਜੀ ਗੱਲ ਇੱਥੇ ਢੁਕਵੀਂ ਹੁੰਦੀ ਹੈ ਕਿ ਨਹੀਂ ਹੁੰਦੀ? ਨਹੀਂ, ਗੱਲ ਤਾਂ ਇਹ ਤਾਂ ਇਨਸਾਫ਼, ਦੇਖੋ ਉਹ ਤਾਂ ਆਪਣੇ ਇਨਸਾਫ਼ ਵਾਸਤੇ ਵੀ ਲੜੇ ਮਰੇ ਨੇ ਜਿੰਨੇ ਵੀ ਸ਼ਹੀਦ ਹੋਏ ਨੇ। ਜੀ, ਅਸੀਂ ਵੀ ਕੌਮੀ ਇਨਸਾਫ਼ ਮੋਰਚੇ ਤੋਂ ਇੱਕ ਸਾਲ ਹੋ ਗਿਆ ਬੈਠੇ ਸਰਕਾਰ 'ਤੇ, ਪਿੰਡੇ ਯੂਨੀਸੈਕ ਦੀ। ਹਾਂਜੀ ਹਾਂਜੀ, ਅਸੀਂ ਮਤਲਬ ਸਾਲ ਹੋ ਗਏ ਸਾਨੂੰ ਬੈਠੇ ਨੇ ਇੱਥੇ, ਆਪਾਂ ਦੁੱਧਾ ਲੰਗਰ ਲਾਇਆ ਇੱਥੇ, ਪਿੰਡ ਕੁੰਬੜਾ ਦੀ ਸਾਧ ਸੰਗਤ ਵੱਲੋਂ ਤੇ ਹੋਰ ਸਾਧ ਸੰਗਤ ਸਾਡੇ ਸਹਿਯੋਗ ਦੇ ਰਹੀ ਹੈ। ਇੱਥੋਂ ਦਾ ਜੋ ਪ੍ਰਸ਼ਾਸਨ ਹੈ ਉਹ ਵੀ ਚੰਗਾ ਸਾਡੇ ਨਾਲ ਸਹਿਯੋਗ ਦੇ ਰਿਹਾ। ਨਹੀਂ, ਸਰਕਾਰਾਂ ਜਿਹੜੀਆਂ, ਨਹੀਂ, ਅਮਿਤ ਸ਼ਾਹ ਦਾ ਜਿਹੜਾ ਬਿਆਨ ਹੈ, ਮੈਂ ਉਸੇ ਤੇ ਦੁਬਾਰਾ ਆਉਣਾ ਕਿ ਉਹ ਇਹੋ ਜਿਹੀ ਗਿਲਟੀ ਵਾਲੀ ਗੱਲ ਕਰਦਾ ਹੈ, ਤਾਂ ਤੁਹਾਨੂੰ ਕੀ ਲੱਗਦਾ ਕਿ ਇਹ ਲੋਕਤੰਤਰ ਦੇ ਹੱਕ 'ਚ ਜਾਂ ਵਿਰੁੱਧ ਹੈ? ਵਿਰੁੱਧ ਹੈ ਜੀ। ਕਿਵੇਂ ਵਿਰੁੱਧ ਹੈ? ਸਾਡੇ ਨਾਲ ਸਾਫ਼ ਹੋ ਨਹੀਂ ਰਿਹਾ, ਸਰਕਾਰਾਂ ਸਾਫ਼ ਕਰ ਰਹੀਆਂ, ਜਿੰਨੇ ਵੀ ਹੁਣ ਪਹਿਲਾਂ ਵੀ ਦੇਖੋ ਮੋਰਚੇ ਲੱਗੇ ਨੇ, ਅੱਛਾ ਕਈ ਕਿਤਾਬਾਂ ਦੇ ਵਿੱਚ ਗਲਤ ਲਿਖ ਪਿਆ, ਉਹ ਮੋਰਚਾ ਲੱਗਿਆ, ਇਸ ਤਰ੍ਹਾਂ ਕਰਕੇ ਸਾਨੂੰ ਮਤਲਬ ਸਿੱਖਾਂ ਨੂੰ ਕੁਝ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੋਰ ਧਰਮਾਂ ਨੂੰ ਇੰਨਾ ਕਿਸੇ ਨੂੰ ਕੁਛ ਨਹੀਂ ਹੋ ਰਿਹਾ, ਸਾਡੇ ਵਾਸਤੇ ਹੀ ਇਹ ਸਿੱਖ ਨਾਲੇ ਕਿਉਂ ਹੋ ਰਿਹਾ, ਇਹ ਵੱਡਾ ਸਵਾਲ ਹੈ। ਸਿੱਖਾਂ ਨਾਲੇ ਵਿਤਕਰਾ ਹੋ ਰਿਹਾ, ਪਤਾ ਨਹੀਂ ਕੀ ਸਰਕਾਰਾਂ ਦੀ ਸੋਚ ਹੈ, ਕਿਉਂ ਲੱਗਦਾ ਕਿ ਉਹ ਸਿੱਖਾਂ ਤੋਂ ਸਭ ਤੋਂ ਵੱਧ ਖਤਰਾ ਆਪਣੇ ਆਪ ਨੂੰ ਸਮਝਦੇ ਨੇ, ਜਾਂ ਕੀ ਚੀਜ਼ ਲੱਗਦਾ ਤੁਹਾਨੂੰ? ਕੀ ਲੱਗਦਾ ਸਿੱਖਾਂ ਦਾ ਖਤਰਾ? ਤਾਂ ਦੇਖੋ, ਨਹੀਂ ਕਿਸੇ ਨੂੰ ਹੈਗਾ, ਪਰ ਉਹਨਾਂ ਨੂੰ ਮਹਿਸੂਸ ਹੁੰਦਾ ਹੋਊਗਾ, ਸਿੱਖ ਜਦੋਂ ਫੌਜ 'ਚ ਲੜਦੇ ਆ ਸਭ ਤੋਂ ਅੱਗੇ ਸਿੱਖ ਹੋ ਕੇ ਲੜਦੇ ਆ, ਤੇ ਕੁਰਬਾਨੀਆਂ ਵੀ ਸਿੱਖਾਂ ਨੇ ਦੇਖੋ 84 ਤੋਂ ਵੱਧ ਮਤਲਬ ਕੁਰਬਾਨੀਆਂ ਕੀਤੀਆਂ ਉਹਨਾਂ ਨੇ ਜੀ, 84-85 ਤੋਂ ਵੱਧ, ਤੇ ਫਿਰ ਵੀ ਇਹਨਾਂ ਨੂੰ ਪਤਾ ਨਹੀਂ ਕਿਉਂ ਸਰਕਾਰਾਂ ਨੂੰ ਲੱਗਦਾ ਵੀ ਇਹ ਸਾਡੇ ਨਾਲ ਉਹ ਕਰਦੇ ਆ। ਪਰ ਉਹ ਤਾਂ ਕਹਿੰਦੇ ਨੇ ਕਿ ਸਿੱਖਾਂ ਤੇ ਸਾਰੇ ਸਿੱਖ ਤਾਂ ਮੰਗਦੇ ਹੀ ਨਹੀਂ, ਜੋ ਤੁਸੀਂ ਮੰਗ ਰਹੇ ਹੋ ਉਹ ਤਾਂ ਸਿੱਖ ਮੰਗਦੇ ਹੀ ਨਹੀਂ। ਨਹੀਂ ਨਹੀਂ, ਸਿੱਖ ਸਾਰੇ ਮੰਗਦੇ ਨੇ, ਸਾਰਿਆਂ ਨੂੰ ਇਨਸਾਫ਼ ਚਾਹੀਦਾ, ਸਾਰੇ ਸਿੱਖ ਮੰਗਦੇ ਕਿ ਉਹ ਸਿਆਸਤ ਖੇਡਦੇ ਨੇ ਇਹ ਕਹਿ ਕੇ। ਹਾਂਜੀ, ਸਿਆਸੀ ਜਿਹੜੇ ਲੋਕ ਆ ਉਹ ਨਹੀਂ ਮੰਗਦੇ, ਬਾਦਲ ਜੁੜਲੀ ਹੈਗੀ ਉਹ ਨਹੀਂ ਮੰਗਦੀ, ਪਰ ਜਿਹੜੇ ਆਮ ਸਿੱਖ ਸਾਰੇ ਹੁਣ ਜਿੱਥੇ ਇੰਨਾ ਇਕੱਠ ਹੁੰਦਾ ਹੈ, ਹੁਣ ਦੇਖੋ 7 ਤਰੀਕ ਨੂੰ ਇੰਨਾ ਇਕੱਠ ਹੋਇਆ, ਉਹ ਸਾਰੇ ਲੋਕ ਇਸੇ ਕਰਕੇ ਆਏ ਨੇ, ਪਿੱਛੇ ਜਦੋਂ ਹੋਏ 26 ਜਨਵਰੀ ਨੂੰ ਜਦੋਂ ਆਪਾਂ ਕੱਢਿਆ ਸੀ ਨਗਰ ਕੀਰਤਨ, ਉਦੋਂ ਇੰਨਾ ਇਕੱਠ ਹੋਇਆ, ਲੋਕ ਸਾਰੇ ਮੰਗੇ ਸੀ, ਤਾਂ ਹੀ ਲੋਕ ਆਉਂਦੇ। ਜੀ 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 ਹਾਂਜੀ, ਅਤੇ ਸਵਾਲ ਅਖੀਰਲਾ ਹੈ ਜੀ ਕਿ ਇਹ ਦੱਸੋ ਕਿ ਆਖਿਰ ਸਰਕਾਰਾਂ ਨੂੰ ਕਿਵੇਂ ਇਹ ਚੀਜ਼ ਤੋਂ ਪਰਹੇਜ਼ ਕਰਨਗੀਆਂ ਕਿ ਉਹ ਸਿੱਖਾਂ ਨਾਲ ਜਿਹੜੀ ਨਫ਼ਰਤ ਦਾ ਤੁਸੀਂ ਦਾਅਵਾ ਕਰਦੇ ਹੋ ਕਿ ਸਿੱਖਾਂ ਨਾਲ ਨਫ਼ਰਤ ਕਰ ਰਹੀਆਂ ਨੇ, ਉਹ ਕਿਵੇਂ ਖਤਮ ਹੋਊਗਾ? ਇਹ ਤਾਂ ਦੇਖੋ ਸਰਕਾਰਾਂ ਕਰ ਸਕਦੀਆਂ ਜੀ, ਹੁਣ ਅਸੀਂ ਸਾਡੇ ਵੱਲੋਂ ਤਾਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ, ਸਾਡੀ ਤਾਂ ਮੰਗ ਹੈ ਨਾ ਅੱਗੇ ਜਿਹੜੇ ਸਿੰਘ ਹੈ ਉਹਨਾਂ ਨੂੰ, ਜਿਹੜੇ ਬੰਦੀ ਸਿੰਘ ਨੇ ਜਿਹਨਾਂ ਡਬਲ ਡਬਲ ਸਜ਼ਾ ਭੁਗਤਣੀਆਂ ਉਹਨਾਂ ਨੂੰ ਛੱਡ ਦੇਣਾ ਚਾਹੀਦਾ, ਪਰ ਸਰਕਾਰਾਂ ਪਤਾ ਨਹੀਂ ਕਿਉਂ ਨਹੀਂ ਰੇਸ ਕਰਦੀਆਂ। ਇੱਕ ਸਰਕਾਰ ਦੀ ਸਾਰੀਆਂ ਜਿੰਨੀਆਂ ਵੀ ਆਈਆਂ ਸਾਰੀਆਂ ਹੀ
ਇੱਦਾਂ ਹੀ ਸਰਕਾਰਾਂ ਆ ਰਹੀਆਂ ਨੇ ਸਾਰੀ ਸਾਡੇ ਸਿੱਖਾਂ ਦੇ ਵਿਰੁੱਧ ਜੋ ਕਰ ਰਹੀਆਂ ਨੇ। ਤੇ ਸਵਾਲ ਬਾਬਾ ਲਖਵੀਰ ਸਿੰਘ ਨੇ ਖੜਾ ਕਰ ਦਿੱਤਾ ਕਿ ਲੋਕਤੰਤਰ ਵਿੱਚ ਕਿਸੇ ਵੀ ਇੱਕ ਧਰਮ ਨੂੰ ਅਸੀਂ ਵਿਰੋਧੀ ਨਹੀਂ ਮੰਨ ਸਕਦੇ, ਪਰੰਤੂ ਸਰਕਾਰਾਂ ਦਾ ਰਵੱਈਆ ਆਖਰ ਦਮਨਕਾਰੀ ਕਿਉਂ ਹੈ? ਇਹ ਵੱਡਾ ਸਵਾਲ, ਇਹ ਸਵਾਲ ਦਾ ਉੱਤਰ ਤੁਸੀਂ ਕਿਹੜੇ ਲਫ਼ਜ਼ਾਂ 'ਚ ਦਿੰਦੇ ਹੋ ਇਹ ਕਮੈਂਟ ਬਾਕਸ 'ਚ ਦੇਣਾ ਨਾ ਭੁੱਲਿਓ। ਤਦ ਤੱਕ ਤੁਸੀਂ ਦੇਖਦੇ ਰਹੋ ਚੈਨਲ ਸ਼ਾਨ ਪੰਜਾਬੀ, ਮਾਣ ਪੰਜਾਬ ਦਾ। ਧੰਨਵਾਦ, ਸਤਿ ਸ਼੍ਰੀ ਅਕਾਲ।